ਰੇਡੀਓ ਦੁਆਬਾ ਰੇਡੀਓ ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਅਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀ ਨਾਮਾ ਹਾਲ ਦੁਨੀਆ। ਮੈਂ ਤੁਹਾਡਾ ਦੋਸਤ ਭੁਪਿੰਦਰ ਪਰਜ ਅਤੇ ਦੁਆਬਾ ਰੇਡੀਓ ਦਾ ਮੰਚ। ਬ੍ਰੇਕ ਤੋਂ ਬਾਅਦ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ ਜੀ। ਗੱਲ ਮੈਂ ਸ਼ੁਰੂਆਤ ਕਰਨ ਜਾ ਰਿਹਾ 47 ਦੀ ਭਾਰਤ ਪਾਕ ਵੰਡ ਦੀ, ਜਦੋਂ ਪੰਜਾਬ ਦੇ ਵਿੱਚ ਰਾਵੀ ਕੰਢੇ ਫਸੇ 20,000 ਲੋਕਾਂ ਤੱਕ ਦਿੱਲੀ ਦੇ ਸੀਸਗੰਜ ਸਾਹਿਬ ਤੋਂ ਖਾਣਾ ਪਹੁੰਚਾਇਆ ਗਿਆ ਸੀ। ਗੁਰਜੋਤ ਸਿੰਘ ਲਿਖਦੇ ਨੇ, BBC ਪੱਤਰਕਾਰ, ਮੈਂ ਤੁਹਾਡਾ ਦੋਸਤ ਭੁਪਿੰਦਰ ਪਰਜ, ਦੁਆਬਾ ਰੇਡੀਓ ਦਾ ਮੰਚ। 16 ਅਗਸਤ 1947 ਦੀ ਸਵੇਰ ਨੂੰ ਨਹਿਰ ਨੇ ਲਾਲ ਕਿਲ੍ਹੇ ਤੋਂ ਤਿਰੰਗਾ ਫਹਿਰਾਇਆ। ਝੰਡਾ ਲਾਲ ਕਿਲ੍ਹੇ ਦੇ ਗੈਰੀਸਨ ਇੰਜੀਨੀਅਰ ਕੁਲਵੰਤ ਸਿੰਘ ਨੇ ਲਿਆਂਦਾ। ਮੈਂ ਲਾਲ ਕਿਲ੍ਹੇ ਦੀ ਕਮੇਟੀ ਦਾ ਪ੍ਰਧਾਨ ਸੀ। ਅਸੀਂ ਝੰਡਾ ਫਹਿਰਾਉਣ ਦੀ ਰਸਮ ਦੀ ਕਈ ਵਾਰ ਰਿਹਰਸਲ ਕੀਤੀ ਸੀ, ਪਰ ਝੰਡਾ ਸੋਖਿਆਂ ਖੁੱਲ੍ਹਣ ਦੇ ਵਿੱਚ ਕੋਈ ਨਾ ਕੋਈ ਅੜਿੱਕਾ ਪੈ ਜਾਂਦਾ ਸੀ। ਜਦੋਂ ਝੰਡਾ ਝੁੱਲਿਆ ਤਾਂ ਆਸਮਾਨ ਜਸ਼ਨ ਦੇ ਨਾਲ ਗੂੰਜ ਪਿਆ। ਸਾਡੇ ਸਾਹਮਣੇ 5 ਲੱਖ ਲੋਕ ਸਨ, ਜਿਨ੍ਹਾਂ ਦੇ ਸਿਰਾਂ ਦੇ ਉੱਤੇ ਸਿਰਾਂ ਦੇ ਸਮੁੰਦਰ ਦੇ ਪਿੱਛੇ ਜਾਮਾ ਮਸਜਿਦ ਦੇ ਚਿੱਟੇ ਗੁੰਬਦ ਸਨ। ਰਾਜਿੰਦਰ ਪ੍ਰਸਾਦ ਅਤੇ ਪਟੇਲ ਮੇਰੇ ਨਾਲ ਖੜ੍ਹੇ ਸੀ। ਮੇਰੇ ਪਿੱਛੇ ਬੀਬੀ ਸ਼ਾਨੋ ਦੇਵੀ ਖੜ੍ਹੀ ਅਤੇ ਉਸਦੀਆਂ ਅੱਖਾਂ ਦੇ ਵਿੱਚੋਂ ਹੰਝੂ ਡੁੱਲ ਰਹੇ ਸਨ। ਉਸਨੇ ਮੈਨੂੰ ਕਿਹਾ, ਤੁਸੀਂ ਜਸ਼ਨ ਮਨਾ ਰਹੇ ਹੋ ਜਦੋਂ ਕਿ ਪੰਜਾਬ ਬਲ ਰਿਹਾ ਹੈ। ਅਗਸਤ 1947 ਦੇ ਵਿੱਚ ਭਾਰਤ ਪਾਕਿਸਤਾਨ ਦੀ ਵੰਡ ਦੇ ਮੌਕੇ ਦਿੱਲੀ ਦੇ ਡਿਪਟੀ ਕਮਿਸ਼ਨਰ ਰਹੇ ਮਹਿੰਦਰ ਸਿੰਘ ਰੰਧਾਵਾ ਨੇ ਇਸ ਅੱਖੀ ਡਿੱਠੇ ਹਾਲ ਬਾਰੇ ਆਪਣੀ ਸਵੈ ਜੀਵਨੀ ਆਪ ਬੀਤੀ ਦੇ ਵਿੱਚ ਲਿਖਿਆ। ਮਹਿੰਦਰ ਸਿੰਘ ਰੰਧਾਵਾ ਸਾਹਿਬ ਨੇ ਚੰਡੀਗੜ੍ਹ ਨੂੰ ਉਸਾਰਿਆ ਅਤੇ ਬਾ ਕਮਾਲ ਉਹਨਾਂ ਦਾ ਕੰਮ ਹੈ ਇਸ ਜਿਹੜਾ ਪ੍ਰੋਜੈਕਟ ਦੇ ਉੱਤੇ। ਮਹਿੰਦਰ ਸਿੰਘ ਰੰਧਾਵਾ 1934 ਦੇ ਵਿੱਚ ICS ਅਫਸਰ ਬਣੇ। ਮਹਿੰਦਰ ਸਿੰਘ ਰੰਧਾਵਾ ਦਾ ਜੱਦੀ ਪਿੰਡ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਪਿੰਡ ਬੋਂਦਲਾ ਹੈ। ਉਹਨਾਂ ਨੂੰ ਆਜ਼ਾਦੀ ਵੇਲੇ ਦਿੱਲੀ ਦਾ ਡਿਪਟੀ ਕਮਿਸ਼ਨਰ ਹੁੰਦਿਆਂ ਫਿਰਕੂ ਹਿੰਸਾ ਦੇ ਨਾਲ ਨਜਿੱਠਣ, ਚੰਡੀਗੜ੍ਹ ਦਾ ਰੂਪ ਰੰਗ ਸਵਾਰਨ ਅਤੇ ਹਰੇ ਇਨਕਲਾਬ ਦੇ ਲਈ ਲੋੜੀਂਦਾ ਮਾਹੌਲ ਸਿਰਜਣ ਦੇ ਲਈ ਜਾਣਿਆ ਜਾਂਦਾ ਹੈ। ਪਰ ਇੱਕ ਅਹਿਮ ਅਤੇ ਵੱਡਾ ਕਾਰਜ ਜਿਸ ਨੂੰ ਸਮੇਂ ਸਿਰ ਅਤੇ ਸੁਚੱਜੇ ਢੰਗ ਦੇ ਨਾਲ ਨੇਪਰੇ ਚਾੜ੍ਹਨ ਦਾ ਸਿਹਰਾ ਸੀ ਉਹਨਾਂ ਨੂੰ ਦਿੱਤਾ ਜਾਂਦਾ ਹੈ। ਉਹ ਹੈ ਵੰਡ ਦੇ ਕਾਰਨ ਉੱਜੜੇ ਪਰਿਵਾਰਾਂ ਦੇ ਮੁੜ ਵਸੇਵੇਂ ਦਾ। ਵੰਡ ਦੇ ਇਸ ਦੇ ਦੌਰ ਨੂੰ ਪੰਜਾਬੀ ਲੋਕ ਹੱਲੇ ਆਖਦੇ ਨੇ, ਜਿਨ੍ਹਾਂ ਦੌਰਾਨ 1.5 ਕਰੋੜ ਲੋਕਾਂ ਦਾ ਉਜਾੜਾ ਹੋਇਆ ਅਤੇ 10 ਲੱਖ ਲੋਕ ਮਾਰੇ ਗਏ। ਇਸ ਵੰਡ ਦੇ ਦੌਰਾਨ ਮੁਸਲਮਾਨਾਂ ਨੂੰ ਭਾਰਤ ਤੋਂ ਪਾਕਿਸਤਾਨ ਜਾਣਾ ਪੈ ਗਿਆ ਅਤੇ ਹਿੰਦੂ ਸਿੱਖਾਂ ਨੂੰ ਭਾਰਤ ਵਾਲੇ ਪਾਸੇ ਆਉਣਾ ਪੈ ਗਿਆ। ਸ਼ਰਨਾਰਥੀਆਂ ਦੇ ਲਈ ਖਾਣਾ ਸੀਸਗੰਜ ਸਾਹਿਬ ਤੋਂ ਗਿਆ। ਮਹਿੰਦਰ ਸਿੰਘ ਰੰਧਾਵਾ ਨੇ ਆਪਣੀ ਸਵੈ ਜੀਵਨੀ ਦੇ ਵਿੱਚ ਦਿੱਲੀ 'ਚ ਹੋਈ ਫਿਰਕੂ ਹਿੰਸਾ ਦੇ ਦੌਰਾਨ ਹਾਲਤਾਂ ਦਾ ਜਿਹੜਾ ਬਿਊਰਾ ਦਿੱਤਾ ਹੈ। ਇਸ ਦੇ ਨਾਲ ਹੀ ਰੰਧਾਵਾ ਹੁਣਾਂ ਨੇ ਆਪਣੇ ਕਈ ਪ੍ਰਸ਼ਾਸਨਿਕ ਫੈਸਲੇ ਬਾਰੇ ਵੀ ਲਿਖਿਆ ਜੋ ਕਿ ਹਿੰਸਾ ਨੂੰ ਰੋਕਣ 'ਚ ਸਹਾਈ ਹੋਏ। ਇਹਨਾਂ ਫੈਸਲਿਆਂ ਦੇ ਵਿੱਚ ਇੱਕ ਸਿੱਖ ਆਗੂ ਦੇ ਵਿਰੋਧ ਦੇ ਬਾਵਜੂਦ ਕਿਰਪਾਨਾਂ ਵਰਗੇ ਹਥਿਆਰਾਂ ਦੇ ਉੱਤੇ ਥੋੜ੍ਹੇ ਚਿਰ ਦੇ ਲਈ ਪਾਬੰਦੀ ਲਾਉਣਾ ਵੀ ਸ਼ਾਮਲ ਸੀ। ਆਪਣੇ ਤਜ਼ਰਬੇ ਦੇ ਬਾਰੇ ਰੰਧਾਵਾ ਸਾਹਿਬ ਲਿਖਦੇ ਨੇ ਕਿ ਮੈਂ ਇੱਕ ਟੈਕਸੀ ਕਿਰਾਏ ਦੇ ਉੱਤੇ ਲਈ ਅਤੇ ਜਦੋਂ ਵੀ ਕੋਈ ਹਿੰਸਾ ਦੀ ਘਟਨਾ ਵਾਪਰਦੀ ਤਾਂ ਮੈਂ ਅੰਗ ਰੱਖਿਅਕ ਸਟੇਨ ਗਨ ਲੈ ਕੇ ਉੱਥੇ ਪਹੁੰਚ ਜਾਂਦਾ। ਰੰਧਾਵਾ ਲਿਖਦੇ ਨੇ ਕਿ ਦਿੱਲੀ ਦੇ ਵਿੱਚ 1947 ਤੱਕ ਵੱਡੀ ਗਿਣਤੀ 'ਚ ਸ਼ਰਨਾਰਥੀ ਪਹੁੰਚਣੇ ਸ਼ੁਰੂ ਹੋਏ, ਜਿਨ੍ਹਾਂ ਦੇ ਲਈ ਪਨਾਹ ਗਾਹਾਂ ਦੀ ਭਾਲ ਇੱਕ ਅਹਿਮ ਕਾਰਜ ਬਣਿਆ ਹੋਇਆ ਸੀ। ਰੰਧਾਵਾ ਸਾਹਿਬ ਨੇ ਆਪਣੀ ਜੀਵਨੀ ਦੇ ਵਿੱਚ ਇੱਕ ਦਿਲਚਸਪ ਘਟਨਾ ਦਾ ਵੀ ਜ਼ਿਕਰ ਕੀਤਾ।
ਉਹਨਾਂ ਨੇ ਲਿਖਿਆ ਕਿ ਮਿਨਿਸਟਰੀ ਆਫ ਰਿਹੈਬੀਲੇਸ਼ਨ ਮੁੜ ਵਸੇਵਾ ਮੰਤਰਾਲਾ ਜਿਹੜਾ ਸੀ ਤੋਂ ਸਕੱਤਰ ਕਿਰਪਲਾਨੀ ਨੇ ਮੈਨੂੰ ਫੋਨ ਕੀਤਾ ਕਿ ਦੱਸਿਆ ਕਿ 20,000 ਦੇ ਕਰੀਬ ਪੰਜਾਬੀ ਰਾਵੀ ਦਰਿਆ ਪਾਰ ਕਰਨ ਤੋਂ ਅਸਮਰਥ ਨੇ। ਉਹ ਕਈ ਦਿਨਾਂ ਤੋਂ ਭੁੱਖੇ ਨੇ, ਪਿਆਸੇ ਨੇ, ਉਹਨਾਂ ਨੂੰ ਤੁਰੰਤ ਖਾਣਾ ਪਹੁੰਚਾਏ ਜਾਣ ਦੀ ਲੋੜ ਹੈ। ਇਸ ਪੰਜਾਬੀਅਤ ਦੀ ਲਹਿਰ ਨੇ ਦਿੱਲੀ ਦੇ ਵੱਖਰੇ ਵੱਖਰੇ ਪੰਜਾਬੀਆਂ ਨੂੰ ਇੱਕ ਸਾਂਝ ਦੇ ਵਿੱਚ ਬੰਨ੍ਹ ਦਿੱਤਾ। ਮੈਂ ਰੇਡੀਓ ਦੇ ਉੱਤੇ ਦਿੱਲੀ ਦੀਆਂ ਔਰਤਾਂ ਨੂੰ ਗੁਰਦੁਆਰੇ ਆਟਾ ਲਿਆਉਣ ਦੇ ਲਈ ਕਿਹਾ। ਰਾਵਲਪਿੰਡੀ ਤੋਂ ਆਏ ਭਾਪੇ ਅੰਬ ਦੇ ਅਚਾਰ ਦੇ ਕਈ ਡੱਬੇ ਲਿਆਏ ਅਤੇ ਅਗਲੇ ਦਿਨ ਰੋਟੀਆਂ ਅਤੇ ਅਚਾਰ ਜਹਾਜ਼ ਰਾਹੀਂ ਭੁੱਖੇ ਸ਼ਰਨਾਰਥੀ ਲਈ ਭੇਜੇ ਗਏ। ਉਹ ਲਿਖਦੇ ਨੇ ਕਿ ਕੁਝ ਸਮੇਂ ਬਾਅਦ ਜਲੰਧਰ ਦੇ ਵਿੱਚ ਮਿਲੇ ਸ਼ਰਨਾਰਥੀਆਂ ਨੇ ਦੱਸਿਆ ਕਿ ਇਸ ਮਦਦ ਦੇ ਨਾਲ ਕਈਆਂ ਦੀਆਂ ਜਾਨਾਂ ਬਚੀਆਂ। ਮਹਿੰਦਰ ਸਿੰਘ ਰੰਧਾਵਾ ਅਕਤੂਬਰ 1948 ਦੇ ਵਿੱਚ ਪੰਜਾਬ ਪਰਤ ਆਏ ਅਤੇ ਉਹਨਾਂ ਨੂੰ ਅੰਬਾਲਾ ਦਾ ਡਿਪਟੀ ਕਮਿਸ਼ਨਰ ਲਾ ਦਿੱਤਾ ਗਿਆ। ਵੰਡ ਦੇ ਕਾਰਨ ਉਜੜੇ ਲੋਕਾਂ ਦਾ ਮੁੜ ਵਸੇਵਾ ਕਿਵੇਂ ਸੰਭਵ ਹੋ ਸਕਿਆ? ਮਹਿੰਦਰ ਸਿੰਘ ਰੰਧਾਵਾ ਲਿਖਦੇ ਨੇ ਕਿ ਮਈ 1949 ਪੰਜਾਬ ਦੇ ਵਿੱਚ ਮੁੱਖ ਮੰਤਰੀ ਭੀਮ ਸੈਨ ਸੱਚਰ ਦੀ ਸਰਕਾਰ ਵੇਲੇ ਜਿਹੜਾ ਸੀ ਮੁੜ ਵਸੇਵਾ ਮਹਿਕਮਾ ਸੀ, ਮੰਤਰੀ ਸਰਦਾਰ ਜੋਗਿੰਦਰ ਸਿੰਘ ਮਾਨ ਉਹਨਾਂ ਨੂੰ ਮਿਲਣ ਆਏ ਅਤੇ ਕਿਹਾ ਕਿ ਬਹੁਤ ਕੰਮ ਬਾਕੀ ਹੈ ਜੀ ਅਜੇ, ਜੋ ਸਿਰਫ ਉਹ ਰੰਧਾਵਾ ਹੀ ਕਰ ਸਕਦੇ ਨੇ। ਰੰਧਾਵਾ ਸਾਹਿਬ ਲਿਖਦੇ ਨੇ ਕਿ ਉਹਨਾਂ ਨੂੰ ਜੋਗਿੰਦਰ ਸਿੰਘ ਨੇ ਦੱਸਿਆ ਕਿ ਇਸ ਸਕੀਮ ਦੇ ਕਮਿਸ਼ਨਰ ਪ੍ਰੇਮ ਨਾਥ ਥਾਪਰ ਬਹੁਤ ਹੁਸ਼ਿਆਰ ਨੇ ਅਤੇ ਕਿਸਾਨਾਂ ਦੀਆਂ ਦਿੱਕਤਾਂ ਤੋਂ ਜਾਣੂ ਨੇ ਅਤੇ ਇਸ ਸਕੀਮ ਦੇ ਡਾਇਰੈਕਟਰ ਜਨਰਲ ਤ੍ਰਿਲੋਕ ਸਿੰਘ ਚੋਟੀ ਦੇ ਵਿਉਤ ਘਾੜੇ ਨੇ ਪਰ ਪੇਂਡੂ ਜਨ ਜੀਵਨ ਬਾਰੇ ਘੱਟ ਜਾਣਦੇ ਨੇ। ਮੈਂ ਸੋਚਿਆ ਕਿ ਪੰਜਾਬ ਅਤੇ ਪੂਰੇ ਮੁਲਕ ਦੀ ਭਲਾਈ ਇਸ 'ਤੇ ਨਿਰਭਰ ਹੈ ਅਤੇ ਮੈਂ ਆਪਣਾ ਸਮਾਨ ਬੰਨਿਆ ਅਤੇ ਜਲੰਧਰ ਚਲਿਆ ਗਿਆ। ਜਲੰਧਰ ਪਹੁੰਚ ਕੇ ਮਹਿੰਦਰ ਸਿੰਘ ਰੰਧਾਵਾ ਹੁਣਾਂ ਨੇ ਇਲਾਕਾ ਦੇਖਿਆ ਜਿੱਥੇ 7,000 ਪਟਵਾਰੀ ਇੱਕ ਵਾਰਡ ਦੇ ਚੌਗਿਰਦੇ ਅੰਦਰ ਕੰਮ ਕਰ ਰਹੇ ਨੇ। ਬਾਹਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਨਾਰਥੀ ਖੜ੍ਹੇ ਨੇ। ਉਹ ਲਿਖਦੇ ਨੇ ਕਿ ਫਿਜਾਵਾਂ ਦੇ ਵਿੱਚ ਤਣਾਅ ਸੀ। ਰੰਧਾਵਾ ਨੇ ਲਿਖਿਆ ਕਿ ਕੁਝ ਪਟਵਾਰੀ ਹੇਰਾਫੇਰੀ ਕਰ ਰਹੇ ਸਨ, ਜਿਸ ਬਾਰੇ ਕਾਰਵਾਈ ਕਰਨ ਦੇ ਲਈ ਉਹਨਾਂ ਦੇ ਉੱਚ ਅਧਿਕਾਰੀਆਂ ਦੇ ਵੱਲੋਂ ਨਾ ਮੰਨਣ 'ਤੇ ਵੀ ਉਹਨਾਂ ਨੇ ਜ਼ੋਰ ਪਾਇਆ, ਜਿਸ ਮਗਰੋਂ ਸ਼ਰਨਾਰਥੀਆਂ ਦੀਆਂ ਸ਼ਿਕਾਇਤਾਂ ਦੇ ਹੱਲ ਦਾ ਰਾਹ ਪੱਧਰਾ ਹੋਇਆ। ਮੈਨੂੰ ਜਲੰਧਰ ਦੇ ਪੁਲਿਸ ਕਪਤਾਨ ਦਾ ਫੋਨ ਆਇਆ ਕਿ 300 ਸ਼ਰਨਾਰਥੀਆਂ ਨੇ ਮੇਰੇ ਘਰ ਦੇ ਬਾਹਰ ਧਰਨਾ ਲਾਇਆ ਹੋਇਆ। ਗਰੀਬ ਕਿਸਾਨਾਂ ਨੂੰ ਬਿਆਸ ਦਰਿਆ ਨੇੜੇ ਜ਼ਮੀਨ ਅਲਾਟ ਹੋਈ ਸੀ, ਜਦੋਂ 12 ਦੀ ਗੱਲ ਆਉਂਦੀ ਹੈ, ਦੁਆਬੇ ਦੇ ਵਿੱਚ ਬਣੀਆਂ, ਜੋ ਕਿ ਹੜ੍ਹਾਂ ਦੀ ਮਾਰ ਹੇਠ ਆਉਂਦੀ ਸੀ। ਮੈਂ ਉਹਨਾਂ ਨੂੰ ਮੇਰੇ ਘਰ ਦੇ ਬਾਹਰ ਖੁੱਲ੍ਹੀ ਥਾਂ ਉੱਤੇ ਕੈਂਪ ਲਾਉਣ ਦੇ ਲਈ ਕਿਹਾ ਅਤੇ ਹਰ ਰੋਜ਼ ਉਹਨਾਂ ਨੂੰ ਲੱਸੀ ਪਿਆਈ ਅਤੇ 20-20 ਜਣਿਆਂ ਨੂੰ ਹਰ ਦਿਨ ਠੀਕ ਥਾਂ ਦੇ ਉੱਤੇ ਜ਼ਮੀਨ ਦਿਵਾਉਣ ਦੇ ਵਿੱਚ ਹੱਥ ਵਟਾਇਆ। ਜੋਗਿੰਦਰ ਸਿੰਘ ਮਾਨ ਤੋਂ ਬਾਅਦ ਸਰਦਾਰ ਲਹਿਣਾ ਸਿੰਘ ਸੇਠੀ ਮੁੜ ਵਸੇਵਾ ਮੰਤਰਾਲੇ ਦੇ ਮੰਤਰੀ ਬਣ ਗਏ। ਜਦੋਂ ਜ਼ਮੀਨਾਂ ਦੀ ਅਲਾਟਮੈਂਟ ਦਾ ਕੰਮ ਖਤਮ ਹੋਣ ਕੰਢੇ ਸੀ, ਉਦੋਂ ਮੈਂ ਜਲੰਧਰ ਦੇ ਵਿੱਚ ਖੇਤੀਬਾੜੀ ਦੇ ਸੰਦਾਂ ਦਾ ਇੱਕ ਵੱਡਾ ਮੇਲਾ ਲਗਵਾਇਆ। ਇਸ ਵੇਲੇ ਅਸੀਂ ਕਿਸਾਨਾਂ ਨੂੰ 100 ਕਰੋੜ ਰੁਪਏ ਕਰਜ਼ ਵਜੋਂ ਦੇਣ ਦੀ ਵੱਡੀ ਯੋਜਨਾ ਲਿਆਉਣ ਦੀ ਤਰਕੀਬ ਬਣਾ ਰਹੇ ਸਾਂ। ਕਿਸਾਨਾਂ ਨੇ ਮੇਲੇ ਦੇ ਵਿੱਚ ਸੰਦ ਖਰੀਦੇ ਅਤੇ ਖੇਤੀਬਾੜੀ ਦੇ ਵਿੱਚ ਤਰੱਕੀ ਕੀਤੀ। ਗ੍ਰੀਨ ਰੈਵੋਲੂਸ਼ਨ ਦੀ ਗੱਲ ਆਉਂਦੀ ਹੈ ਨਾ, ਪੇਂਡੂ ਅਤੇ ਸ਼ਹਿਰੀ ਸ਼ਰਨਾਰਥੀਆਂ ਦੇ ਮੁੜ ਵਸੇਵੇ ਅਤੇ ਜ਼ਮੀਨਾਂ ਦੀ ਅਲਾਟਮੈਂਟ ਦੀ ਪ੍ਰਕਿਰਿਆ ਦੇ ਦੌਰਾਨ ਆਪਣੇ ਤਜ਼ਰਬੇ ਬਾਰੇ ਵੀ ਉਹਨਾਂ ਨੇ ਆਪਣੀ ਸਵੈ ਜੀਵਨੀ 'ਚ ਲਿਖਿਆ। ਮੁੜ ਵਸੇਵੇ ਦਾ ਜੋ ਕੰਮ ਅਸੀਂ ਕੀਤਾ, ਇਸ ਦੀ ਮਨੁੱਖੀ ਇਤਿਹਾਸ ਦੇ ਵਿੱਚ ਮਿਸਾਲ ਨਹੀਂ ਮਿਲਦੀ। 40 ਲੱਖ ਲੋਕਾਂ ਨੂੰ 2 ਸਾਲਾਂ 'ਚ ਮੁੜ ਵਸਾਉਣਾ ਵੱਡਾ ਕੰਮ ਸੀ। ਮੈਨੂੰ ਹਮੇਸ਼ਾ ਇਹ ਲੱਗਦਾ ਸੀ ਕਿ ਹਜ਼ਾਰਾਂ ਬੰਡਲ ਮੇਰੇ ਸਿਰ 'ਤੇ ਮੋਢਿਆਂ ਦੇ ਉੱਤੇ ਭਾਰ ਪਿਆ ਹੋਇਆ ਪਏ ਹੋਣ।
ਮੁੜ ਵਸੇ ਇਹ ਰਿਫਿਊਜੀ ਹੀ ਪੰਜਾਬ ਦੇ ਵਿੱਚ ਹਰੇ ਇਨਕਲਾਬ ਦੀ ਨੀਂਹ ਬਣੇ ਸਨ। ਉਸ ਵੇਲੇ ਪੰਜਾਬ ਦੇ ਹਾਲਾਤ ਦੀ ਜਿਹੜੀ ਸੀ ਤੁਲਨਾ ਫਲਸਤੀਨ ਦੇ ਨਾਲ ਕਰਦਿਆਂ ਉਹਨਾਂ ਲਿਖਿਆ ਸੀ ਕਿ ਜੇਕਰ ਪੰਜਾਬ ਦੇ ਵਿੱਚ ਮੁੜ ਵਸੇਵਾਂ ਸਹੀ ਢੰਗ ਦੇ ਨਾਲ ਅਤੇ ਇੰਨੀ ਰਫ਼ਤਾਰ ਦੇ ਨਾਲ ਨਾ ਹੁੰਦਾ ਤਾਂ ਪੰਜਾਬ ਦੀ ਦਸ਼ਾ ਵੀ ਉਹੋ ਜਿਹੀ ਹੋਣੀ ਸੀ। ਮਹਿੰਦਰ ਸਿੰਘ ਰੰਧਾਵਾ ਲਿਖਦੇ ਨੇ ਕਿ ਮੈਂ ਮਹਿਸੂਸ ਕੀਤਾ ਕਿ ਕਾਂਗਰਸ ਆਗੂ ਪੰਜਾਬ ਦੀ ਮੁਸ਼ਕਲ ਸਮਝ ਨਹੀਂ ਸਕਦੇ ਅਤੇ ਉਹਨਾਂ ਦੇ ਅੰਦਰ ਪੰਜਾਬੀ ਰਿਫਿਊਜੀਆਂ ਬਾਰੇ ਹਮਦਰਦੀ ਨਹੀਂ ਸੀ। ਇਸ ਦਾ ਮੂਲ ਕਾਰਨ ਇਹ ਸੀ ਕਿ ਯੂਨਾਈਟਿਡ ਪ੍ਰੋਵਿੰਸਿਸ ਬੰਬੇ ਦੱਖਣੀ ਭਾਰਤ ਦੇ ਸਨ ਅਤੇ ਵੰਡ ਦਾ ਨੁਕਸਾਨ ਉਹਨਾਂ ਨੇ ਨਹੀਂ ਸੀ ਝੱਲਿਆ। ਜ਼ਮੀਨੀ ਹਕੀਕਤਾਂ ਤੋਂ ਉਹ ਵਾਕਫ ਨਹੀਂ ਸਨ। ਉਹ ਅੱਗੇ ਜ਼ਿਕਰ ਕਰਦੇ ਨੇ ਕਿ ਕੁਝ ਪੰਜਾਬੀ ਹਿੰਦੂ ਨਹਿਰੂ ਕੋਲ ਦਿੱਲੀ ਤੋਂ 7 ਕਿਲੋਮੀਟਰ ਦੂਰ 500 ਏਕੜ ਥਾਂ ਦੀ ਮੰਗ ਕਰਨ ਆਏ ਜਿੱਥੇ ਉਹ ਆਪਣਾ ਕਸਬਾ ਵਸਾ ਸਕਣ। ਇਸੇ 'ਤੇ ਨਹਿਰੂ ਨੇ ਜਿਹੜਾ ਸੀ ਜਵਾਬ ਦਿੱਤਾ, 700 ਕਿਲੋਮੀਟਰ ਦੂਰ। ਜ਼ਮੀਨਾਂ ਦੇ ਰਿਕਾਰਡ ਦਾ ਤਬਾਦਲਾ ਕਿਵੇਂ ਹੁੰਦਾ ਹੈ? ਆਪਣੀ ਕਿਤਾਬ ਆਊਟ ਆਫ ਦੀ ਐਸਜ ਦੇ ਵਿੱਚ ਐਮ ਐਸ ਰੰਧਾਵਾ ਸਾਹਿਬ ਲਿਖਦੇ ਨੇ ਸ਼ਰਨਾਰਥੀਆਂ ਦੇ ਮੁੜ ਵਸੇਵੇ ਦੀ ਪ੍ਰਕਿਰਿਆ ਬਾਰੇ। ਪੱਛਮੀ ਪੰਜਾਬ ਦੀ ਕੁੱਲ ਗੈਰ ਮੁਸਲਮਾਨ ਆਬਾਦੀ 43,53,470 ਸੀ, ਜਦਕਿ ਪੂਰਬੀ ਪੰਜਾਬ ਦੀ ਮੁਸਲਮਾਨ ਆਬਾਦੀ 42,86,755 ਸੀ। ਸਿੰਚਾਈ ਵਾਲੇ ਇਲਾਕਿਆਂ ਦੇ ਵਿੱਚੋਂ ਸਿਰਫ 26% ਇਲਾਕੇ ਹੀ ਪੂਰਬੀ ਪੰਜਾਬ 'ਚ ਆਏ। ਰੰਧਾਵਾ ਸਾਹਿਬ ਆਪਣੀ ਕਿਤਾਬ 'ਚ ਦੱਸਦੇ ਨੇ ਕਿ ਜ਼ਮੀਨ ਦੇ ਰਿਕਾਰਡਾਂ ਦੀ ਤਸਦੀਕ 17 ਅਗਸਤ ਤੋਂ ਲੈ ਕੇ ਅਕਤੂਬਰ 1948 ਤੱਕ ਹੁੰਦੀ ਰਹੀ। ਇਸ ਮਗਰੋਂ ਪੂਰਬੀ ਪੰਜਾਬ 'ਤੇ ਪੈਪਸੂ ਰਾਜ ਆ ਗਿਆ। ਪੈਪਸੂ ਅਤੇ ਦੂਜੇ ਪਾਸੇ ਜਿਹੜਾ ਸੀ ਵੈਸਟ ਪੰਜਾਬ ਦੇ ਪਿੰਡਾਂ ਦੇ ਰਿਕਾਰਡ ਇੱਕ ਦੂਜੇ ਦੇ ਨਾਲ ਬਦਲੇ ਗਏ। ਇਹ ਸਮਝੌਤਾ ਕਾਫੀ ਮਹੱਤਵਪੂਰਨ ਸੀ। ਤਸਦੀਕ ਤੋਂ ਬਾਅਦ ਸਾਰੇ ਦਾਅਵੇ ਜਲੰਧਰ ਵਿਚਲੇ ਜਿਹੜਾ ਸੀ ਮੁੜ ਵਸਾਊ ਮਹਿਕਮਾ ਜਿਹੜਾ ਸੀ ਸਕੱਤਰੇਤ ਦੇ ਵਿਖੇ ਰੱਖੇ ਗਏ। ਜ਼ਮੀਨਾਂ ਮੁੜ ਅਲਾਟ ਕੀਤੇ ਜਾਣ ਦੇ ਕੰਮ ਦੇ ਵਿੱਚ ਸਭ ਤੋਂ ਪੇਚੀਦਾ ਕੰਮ ਪਾਕਿਸਤਾਨ ਦੇ ਵਿੱਚ ਰਹਿ ਗਈਆਂ ਜ਼ਮੀਨਾਂ ਇੱਧਰਲੇ ਪਾਸੇ ਇੱਕੋ ਥਾਂ ਦੇ ਉੱਤੇ ਅਲਾਟ ਕਰਨਾ ਸੀ। ਸਮਕਾਲੀ ਸ਼ਖਸੀਅਤਾਂ ਦਾ ਇਸ ਦੇ ਬਾਰੇ ਕੀ ਕਹਿਣਾ ਹੈ? ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹਿ ਚੁੱਕੇ ਸਰਦਾਰਾ ਸਿੰਘ ਜੋਲ ਦੱਸਦੇ ਨੇ, ਜਿਸ ਵੇਲੇ ਰੰਧਾਵਾ PAU ਦੇ ਵਾਈਸ ਚਾਂਸਲਰ, ਉਸ ਵੇਲੇ ਉਹ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਸਨ। ਜੋਲ ਸਾਹਿਬ ਕਹਿੰਦੇ ਨੇ ਕਿ ਉਹ ਮੇਰੇ ਲਈ ਪਿਤਾ ਵਰਗੇ ਸਨ ਅਤੇ ਹਮੇਸ਼ਾ ਮਦਦ ਕਰਦੇ ਸਨ। ਉਹ ਦੱਸਦੇ ਨੇ ਕਿ ਡਾਕਟਰ ਮਹਿੰਦਰ ਸਿੰਘ ਰੰਧਾਵਾ ਅਤੇ ਸਰਦਾਰ ਤਿਰੋਕ ਸਿੰਘ ਦੋਵੇਂ ICS ਅਫਸਰ ਸਨ, ਜਿਨ੍ਹਾਂ ਨੇ ਲੋਕਾਂ ਨੂੰ ਮੁੜ ਵਸਾਉਣ ਦੇ ਇਸ ਕੰਮ ਦੇ ਵਿੱਚ ਯੋਗਦਾਨ ਪਾਇਆ। ਜੋਲ ਸਾਹਿਬ ਕਹਿੰਦੇ ਨੇ ਕਿ ਰੰਧਾਵਾ ਦਾ ਸ਼ਹਿਰੀਆਂ ਨੂੰ ਸ਼ਹਿਰ ਅਤੇ ਪੇਂਡੂਆਂ ਨੂੰ ਪਿੰਡ ਦੇ ਵਿੱਚ ਵਸਾਉਣ ਦਾ ਪਲੈਨ ਸੀ, ਸਕੀਮ ਸੀ, ਬਾਕਮਾਲ ਸੀ। ਉਹਨਾਂ ਨੇ ਲੋਕਾਂ ਦੀ ਪਸੰਦ ਆਸਾਨੀ ਨੂੰ ਵੀ ਧਿਆਨ ਦੇ ਵਿੱਚ ਰੱਖਿਆ। ਜੇਕਰ ਵੰਡ ਦੇ ਕਾਰਨ ਉੱਜੜ ਕੇ ਆਈ ਆਬਾਦੀ ਨੂੰ ਵਸਾ ਕੇ ਰੋਜ਼ਗਾਰ ਨਾ ਦਿੱਤਾ ਜਾਂਦਾ ਤਾਂ ਇਹ ਅਮਨ ਕਾਨੂੰਨ ਦੀ ਸਥਿਤੀ ਦੇ ਲਈ ਮੁਸ਼ਕਲ ਬਣ ਜਾ ਸਕਦਾ ਹੈ। ਪੰਜਾਬੀ ਲੇਖਕ ਗੁਲਜ਼ਾਰ ਸੰਧੂ ਵੀ 18-19 ਦੀ ਉਮਰ ਤੋਂ ਮਹਿੰਦਰ ਸਿੰਘ ਰੰਧਾਵਾ ਦੇ ਸੰਪਰਕ 'ਚ ਰਹੇ। ਗੁਲਜ਼ਾਰ ਸੰਧੂ MS ਰੰਧਾਵਾ ਦੇ ਕੰਮ ਬਾਰੇ ਇੱਕ ਕਿੱਸਾ ਸਾਂਝਾ ਕਰਦੇ ਨੇ। ਕਹਿੰਦੇ ਨੇ ਕਿ ਕਰਤਾਰ ਸਿੰਘ ਦੁੱਗਲ ਜਲੰਧਰ ਰੇਡੀਓ ਦੇ ਸਟੇਸ਼ਨ ਡਾਇਰੈਕਟਰ ਹੁੰਦੇ ਸਨ, ਤੋ ਇੱਕ ਦਿਨ ਜਲੰਧਰ MS ਰੰਧਾਵਾ ਸਾਹਿਬ ਦਾ ਇੰਟਰਵਿਊ ਲੈਣ ਗਏ। ਕਰਤਾਰ ਸਿੰਘ ਦੁੱਗਲ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਸਾਹਮਣੇ ਸ਼ਰਨਾਰਥੀਆਂ ਦੀ ਲੰਬੀ ਲਾਈਨ ਲੱਗੀ ਹੋਈ ਸੀ ਅਤੇ ਉਹ ਫਟਾਫਟ ਸ਼ਰਨਾਰਥੀਆਂ ਨੂੰ ਵੱਖ ਵੱਖ ਥਾਵਾਂ ਦੇ ਉੱਤੇ ਜ਼ਮੀਨ ਅਲੱਟ ਕਰ ਰਹੇ ਸਨ। ਗੁਲਜ਼ਾਰ ਸੰਧੂ ਸਾਹਿਬ ਦੱਸਦੇ ਨੇ ਕਿ ਦੁੱਗਲ ਨੇ ਪੁੱਛਿਆ ਕਿ ਤੁਹਾਨੂੰ ਗਲਤੀ ਤੋਂ ਡਰ ਨਹੀਂ ਲੱਗਦਾ ਜੀ? ਤਾਂ ਉਹਨਾਂ ਕਿਹਾ, ਰੰਧਾਵਾ ਸਾਹਿਬ ਨੇ,
ਕਿ ਇਸ ਕੰਮ ਦੇ ਵਿੱਚ ਗਲਤੀਆਂ ਹੋ ਸਕਦੀਆਂ ਨੇ, ਪਰ ਇਹ ਬਹੁਤ ਜ਼ਰੂਰੀ ਕੰਮ ਹੈ। ਮਹਿੰਦਰ ਸਿੰਘ ਰੰਧਾਵਾ ਪੰਜਾਬੀ ਸੱਭਿਆਚਾਰ ਕਲਾ ਬਾਰੇ ਵੀ ਦਿਲਚਸਪੀ ਰੱਖਦੇ ਸਨ ਅਤੇ ਉਹਨਾਂ ਨੇ ਚਿੱਤਰਕਾਰੀ ਸੱਭਿਆਚਾਰ ਬਾਰੇ ਵੀ ਕਈ ਕਿਤਾਬਾਂ ਜਿਹੜੀਆਂ ਲਿਖੀਆਂ ਨੇ ਜੀ। ਦੋਸਤੋ, ਇਹ ਸੀ ਜੀ ਬਾਕਮਾਲ ਗੱਲਬਾਤ 1947 ਦੀ ਭਾਰਤ ਪਾਕ ਵੰਡ, ਜਦੋਂ ਪੰਜਾਬ 'ਚ ਰਾਵੀ ਕੰਢੇ ਫਸੇ 20,000 ਲੋਕਾਂ ਤੱਕ ਦਿੱਲੀ ਦੇ ਸੀਸਗੰਜ ਤੋਂ ਖਾਣਾ ਪਹੁੰਚਾਇਆ ਗਿਆ ਸੀ। ਸਟੂਡੀਓ ਦਾ ਨੰਬਰ +358 44 976 1962 ਹੈ। ਧੰਨਵਾਦ ਸਹਿਤ ਹੈ ਇਹ ਗੱਲਬਾਤ ਜਿਹੜੀ ਸਾਂਝੀ ਕੀਤੀ ਹੈ ਗੁਰਜੋਤ ਸਿੰਘ ਹੁਣਾਂ ਦੀ ਕਲਮ 'ਚੋਂ, ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਅਤੇ ਦੁਆਬਾ ਰੇਡੀਓ ਦਾ ਮੰਚ। ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਜ ਵੱਲੋਂ ਪਿਆਰ ਭਰੀ ਅਤੇ ਨਿੱਘੀ ਸਤਿ ਸ਼੍ਰੀ ਅਕਾਲ। ਕੱਲ੍ਹ ਭਾਰਤੀ ਸਮੇਂ ਦੇ ਅਨੁਸਾਰ 10:30 ਹੋਵੇਗੀ ਫਿਰ ਤੋਂ ਇੱਕ ਵਾਰ ਮੁਲਾਕਾਤ। ਸਾਰਿਆਂ ਨੂੰ ਪਿਆਰ ਭਰੀ ਅਤੇ ਨਿੱਘੀ ਇਸ ਦੇ ਨਾਲ ਹੀ ਹੈ ਸਤਿ ਸ਼੍ਰੀ ਅਕਾਲ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਾਂ, ਇਸ ਨੂੰ ਤੁਸੀਂ ਕਰੋ ਇੰਜੋਏ ਐਪ ਦੇ ਉੱਤੇ ਅਤੇ ਵੈਬਸਾਈਟ ਦੇ ਉੱਤੇ। ਮੈਨੂੰ ਦਿਓ ਜੀ ਆਗਿਆ, ਸਭ ਨੂੰ ਸਤਿ ਸ਼੍ਰੀ ਅਕਾਲ।